ਪੰਜਾਬ ਦੇ ਸਾਬਕਾ ਡੀਜੀਪੀ ਤੇ ਅਕਾਲੀ ਲੀਡਰ ਪਰਮਦੀਪ ਸਿੰਘ ਗਿੱਲ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ। ਜੰਮੂ ਕਸ਼ਮੀਰ ਦੇ ਕਠੂਆ ਦੇ ਵਿੱਚ ਬੀਜੇਪੀ ਦੀ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਰੈਲੀ ਦੌਰਾਨ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ। 2012 ਦੇ ਵਿੱਚ ਅਕਾਲੀ ਦਲ ਵੱਲੋਂ ਮੋਗਾ ਵਿਧਾਨ ਸਭਾ ਚੋਣ ਉਹਨਾਂ ਨੇ ਲੜੀ ਸੀ, ਜਿਸ ਵਿੱਚ ਉਹਨਾਂ ਨੂੰ ਕਾਂਗਰਸ ਦੇ ਜੋਗਿੰਦਰ ਪਾਲ ਜੈਨ ਨੇ ਮਾਤ ਦਿੱਤੀ ਸੀ। ਪੰਜਾਬ ਦੇ ਸਾਬਕਾ ਡੀਜੀਪੀ ਅਤੇ ਅਕਾਲੀ ਲੀਡਰ ਪਰਮਦੀਪ ਸਿੰਘ ਗਿੱਲ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ। ਕਠੂਆ ਤੋਂ ਅਜੇ ਬਾਚਲੂ ਜੁੜੇ ਹੋਏ ਨੇ ਫੋਨ ਲਾਈਨ ਦੇ ਉੱਤੇ। ਅਜੇ ਕੀ ਅਸਰ ਪਵੇਗਾ ਇਸ ਦਾ, ਕਿਉਂਕਿ ਆਪਣੀ ਹੀ ਭਾਈਵਾਲ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ ਅਕਾਲੀ ਲੀਡਰ ਅਮਨਦੀਪ ਸਿੰਘ ਗਿੱਲ। ਦੇਖੋ ਜੀ, ਪੀਐਸ ਗਿੱਲ ਦਾ ਬੀਜੇਪੀ ਚ ਸ਼ਾਮਲ ਹੋਣਾ, ਜਿਹੜਾ ਗਠਬੰਧਨ ਹੈ ਪੰਜਾਬ ਵਿੱਚ ਅਕਾਲੀ ਤੇ ਬੀਜੇਪੀ ਦਾ, ਉਹਦੇ ਉੱਤੇ ਤਾਂ ਅਸਰ ਪੜੇਗਾ ਹੀ। ਲੇਕਿਨ ਇਹਦਾ ਜਿਹੜਾ ਬੀਜੇਪੀ ਨੂੰ ਪੋਪੂਲੈਰਿਟੀ ਜਿਸ ਤਰ੍ਹਾਂ ਹੋ ਰਹੀ ਹੈ, ਬੀਜੇਪੀ ਜਿਸ ਤਰ੍ਹਾਂ ਪੋਪੂਲੈਰਿਟੀ ਗੇਨ ਕਰ ਰਹੀ ਹੈ ਪੂਰੇ ਇੰਡੀਆ ਵਿੱਚ, ਜਿਸ ਤਰ੍ਹਾਂ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਲਗਾਤਾਰ, ਕਿਉਂਕਿ ਆਉਣ ਵਾਲੇ ਹਰਿਆਣਾ ਇਲੈਕਸ਼ਨ ਨੇ, ਜੰਮੂ ਕਸ਼ਮੀਰ ਇਲੈਕਸ਼ਨ ਨੇ, ਤੇ ਪੀਐਸ ਗਿੱਲ ਜੰਮੂ ਕਸ਼ਮੀਰ ਚ ਵੀ ਡੀਜੀਪੀ ਰਹੇ ਨਾ, ਤੇ ਇਸ ਕਰਕੇ ਇਹਦਾ ਇੰਪੈਕਟ ਜਿਹੜਾ ਜੰਮੂ ਕਸ਼ਮੀਰ ਚ ਵੀ ਹੋਏਗਾ, ਹਰਿਆਣਾ ਚ ਵੀ ਹੋਏਗਾ, ਤੇ ਜਿਹੜਾ ਨੈਸ਼ਨਲੀ ਵੀ ਹੋਏਗਾ। ਲੇਕਿਨ ਅਕਾਲੀ ਤੇ ਬੀਜੇਪੀ ਦੇ ਗਠਬੰਧਨ ਜਿਹੜਾ ਹੈ ਪੰਜਾਬ ਚ, ਉਹਦੇ ਵਿੱਚ ਕੀ ਅਸਰ ਪਏਗਾ ਇਹ ਆਉਣ ਵਾਲੇ ਦਿਨ ਹੀ ਦੱਸਣਗੇ ਜੀ। ਅਜੇ ਜੀ, ਇਸ ਦੇ ਨਾਲ ਇੱਕ ਕਾਰਨ ਕੀ ਰਹੇ ਕਿ ਆਪਣੀ ਪਾਰਟੀ ਅਕਾਲੀ ਦਲ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ ਪਰਮਦੀਪ ਸਿੰਘ ਗਿੱਲ? ਅੱਜ ਕਠੂਆ ਵਿੱਚ ਅਮਿਤ ਸ਼ਾਹ ਦੀ ਰੈਲੀ ਸੀਗੀ, ਉੱਥੇ ਇਹਨਾਂ ਨੇ ਪੀਐਸ ਗਿੱਲ ਨੇ ਬੀਜੇਪੀ ਜੁਆਇਨ ਕੀਤੀ ਹੈ, ਲੇਕਿਨ ਇਹਨਾਂ ਨੇ ਕਾਰਨ ਕੋਈ ਨਹੀਂ ਦੱਸਿਆ। ਇਹ ਥੋੜੀ ਦੇਰ ਵਾਸਤੇ ਸਟੇਜ ਉੱਪਰ ਬੈਠੇ ਸੀਗੇ, ਥੋੜੀ ਦੇਰ ਵਾਸਤੇ ਅੱਗੇ ਆਏ ਨੇ, ਤੇ ਇਹਨਾਂ ਨੇ ਬੀਜੇਪੀ ਦੀ ਸਦਸਤਾ ਜਿਹੜੀ ਹੈ ਉਹ ਐਕਸੈਪਟ ਕੀਤੀ, ਤੇ ਉਹਦੇ ਬਾਅਦ ਇਹ ਜਲਦੀ ਜਿਹੜੇ ਹੈ ਸਟੇਜ ਤੋਂ ਨਿਕਲ ਗਏ ਨੇ। ਸ਼ਾਇਦ ਇਹਨਾਂ ਦੀ ਕੋਈ ਪਹਿਲੇ ਹੀ ਕੋਈ ਅਪਾਇੰਟਮੈਂਟ ਹੋਣੀ ਹੈ, ਇਸ ਕਰਕੇ ਉਹ ਨਿਕਲ ਗਏ ਨੇ ਜਲਦੀ। ਪਰ ਇਹਨਾਂ ਨੇ ਰੀਜ਼ਨ ਨਹੀਂ ਦੱਸਿਆ, ਨਾ ਇਹਨਾਂ ਨੇ ਮੀਡੀਆ ਨਾਲ ਕੋਈ ਗੱਲ ਕੀਤੀ ਕਿ ਕਿਉਂ ਇਹ ਬੀਜੇਪੀ ਚ ਸ਼ਾਮਿਲ ਹੋਏ ਨੇ।